ਖਬਰ ਲੁਧਿਆਣਾ ਤੋਂ ਜਿੱਥੇ ਬਸਤੀ ਜੋਧੇਵਾਲ ਦੇ ਨਜ਼ਦੀਕ ਇੱਕ ਪੈਟਰੋਲ ਪੰਪ ਤੇ ਦੋ ਨੌਜਵਾਨਾਂ ਵਿੱਚ ਮਾਮੂਲੀ ਤਕਰਾਰ ਨੂੰ ਲੈ ਕੇ ਲੜਾਈ ਇੰਨੀ ਵੱਧ ਗਈ ਕਿ ਦੋਨੋਂ ਹੀ ਨੌਜਵਾਨ ਜ਼ਖਮੀ ਹੋ ਗਏ। ਇਹ ਸਾਰੀ ਵਾਰਦਾਤ ਉੱਥੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਜ਼ਿਕਰਯੋਗ ਹੈ ਕਿ ਦੋਨੋਂ ਨੌਜਵਾਨਾਂ ਵਿੱਚ ਤੇਲ ਪਾਉਣ ਨੂੰ ਲੈ ਕੇ ਬਹਿਸ ਹੋਈ ਅਤੇ ਦੋਨੋਂ ਹੀ ਇੱਕ ਦੂਜੇ ਨਾਲ ਝਗੜਾ ਕਰਨ ਲੱਗੇ ਅਤੇ ਦੋਨੋਂ ਜ਼ਖਮੀ ਹੋ ਗਏ। ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ। ਸਾਡਾ ਆਪਣਾ ਕੈਲਾਸ਼ ਨਗਰ ਗਲੀ ਨੰਬਰ 3 ਦੇ ਅਸੀਂ ਰਹਿਣ ਵਾਲੇ ਹਾਂ। ਕੱਲ੍ਹ ਸਰ 12:15 ਦੀ ਗੱਲ ਹੈ ਕਿ ਮੇਰਾ ਛੋਟਾ ਬ੍ਰਦਰ ਹੈ, ਇੱਕ ਤਾਂ ਉਹਨੂੰ ਸਾਡਾ ਹੌਜ਼ਰੀ ਦਾ ਕੰਮ ਆ, ਉਹਨੂੰ ਪੈਸੇ ਪੁਸੇ ਦੇ ਕੇ ਮੈਂ ਬਾਜ਼ਾਰ ਸਮਾਨ ਸਮੂਨ ਲੈਣ ਭੇਜਿਆ ਹੈਗਾ, ਔਰ ਉੱਧਰੋਂ 12:00 ਇੱਧਰੋਂ ਘਰੋਂ ਨਿਕਲਿਆ ਹੈਗਾ, 12:15 ਪੈਟਰੋਲ ਪਵਾਉਣ ਲੱਗਿਆ, ਉਹ ਮਾੜੀ ਮੋਟੀ ਕੋਈ ਬਾਈਕ ਲੱਗ ਗਈ ਜਾਂ ਕੁਛ ਹੋ ਗਿਆ, ਉਹਦੇ ਨਾਲ ਬਹਿਸਬਾਜ਼ੀ ਹੋਣ ਕਰਕੇ ਉਹ ਦੂਜੇ ਪਰ ਧਿਰ ਦੇ ਬੰਦੇ ਨੇ ਕਾਫੀ ਲਮਸਮ 20-25 ਮੁੰਡੇ ਹੈਗੇ ਸਾਡੇ, ਉਹ ਵੀ ਕੋਲ ਦੇ ਹੀ ਆ, ਕੈਲਾਸ਼ਨਗਰ ਗਗਨਦੀਪ ਕਲੋਨੀ ਦੇ ਨੇ, ਉਹ ਘੱਟ ਤੋਂ ਘੱਟ 20-25 ਜਣੇ ਨੇ ਆ ਕੇ ਕਾਫੀ ਕੁੱਟਮਾਰ ਕੀਤੀ। ਜਦ ਨੂੰ ਮੇਰੇ ਬ੍ਰਦਰ ਨੇ ਮੈਨੂੰ ਫੋਨ ਕੀਤਾ ਔਰ ਅਸੀਂ ਘੱਟ ਤੋਂ ਘੱਟ ਨਹੀਂ ਜਿੰਨੀ ਜਲਦੀ ਹੋ ਸਕੇ, ਮੇਰੇ ਦੋ ਮੁੰਡੇ ਸੀ ਉਹ ਵੀ ਆਪਣੇ ਕੋਲ ਕੰਮ ਕਰਦੇ ਨੇ, ਉਹ ਜਦ ਨੂੰ ਛੁਡਾਉਣ ਗਏ ਨੇ, ਉਹ ਦੋ ਬੰਦਿਆਂ ਦਾ ਕਿੱਥੋਂ ਬੱਸ ਚੱਲਦਾ ਹੈਗਾ ਜਿੱਥੋਂ ਮੁੰਡੇ 20-25 ਜਣੇ ਹੋਣ, ਕਿਉਂਕਿ ਕਾਫੀ ਬਹੁਤ ਸਾਰਾ ਨੁਕਸਾਨ ਹੋਇਆ ਹੈਗਾ। ਅਸੀਂ ਤਾਂ ਦੇਖੋ ਇਹ ਮੰਗ ਕਰਦੇ ਹਾਂ ਕਿ ਜੋ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ, ਜੋ ਸਾਡਾ ਉਹਨਾਂ ਦੇ ਉੱਤੇ ਬਣਦੀ ਕਾਨੂੰਨ ਕਾਰਵਾਈ ਕੀਤੀ, ਇਹ ਤਾਂ ਦੇਖੋ ਇਹ ਤਾਂ ਸ਼ਰੇਆਮ ਗੁੰਡਾਗਰਦੀ ਹੋ ਗਈ ਜੀ, ਇਹ ਤਾਂ ਸ਼ਰੇਆਮ ਗੁੰਡਾਗਰਦੀ ਹੈ ਕਿ ਮੰਨ ਕੇ ਚੱਲੋ ਕੋਈ ਗੱਲ ਹੁੰਦੀ ਆ ਔਰ ਜਿਹੜੇ ਬੰਦਿਆਂ ਨਾਲ ਇੱਦਾਂ ਦਾ ਕੰਮ ਹੋਇਆ ਵੀ ਆ, ਉਹ ਬੰਦੇ ਮੰਨ ਕੇ ਚਲੋ ਆਮ ਸਾਲੇ ਨੇ, ਛੇੜੀ ਬੰਦੇ ਵਿਹਲੜ ਹੈਗੇ ਜਿਹੜੇ ਸਾਰਾ ਦਿਨ ਲੜਾਈਆਂ ਝਗੜੇ ਕਰਦੇ, ਉਹਨਾਂ ਮੁੰਡਿਆਂ ਨੇ 2-3 ਦਿਨ ਪਹਿਲਾਂ ਵੀ ਇੱਥੇ ਆਪਣੇ ਮੁਹੱਲੇ ਦੇ ਵਿੱਚ ਕਿਸੇ ਬੰਦੇ ਨੂੰ ਕੁੱਟਿਆ, ਉਹਨਾਂ ਬੰਦਿਆਂ ਉਹਦੇ ਕੁੱਟਣ ਕਰਕੇ ਉਹਨਾਂ ਬੰਦਿਆਂ ਦਾ ਹੌਸਲਾ ਜਿਹੜਾ ਵੱਧ ਗਿਆ ਹੈਗਾ। ਸਰ ਜੀ ਪੁਲਿਸ ਤਾਂ ਦੇਖੋ ਕੱਲ੍ਹ ਇੱਕ ਵਾਰ ਜਾ ਕੇ ਆਈ ਆ ਔਰ ਉਹ ਬੰਦੇ ਘਰੇ ਨਹੀਂ ਮਿਲੇ ਹੈਗੇ, ਹੁਣ ਅੱਜ ਸਵੇਰੇ ਫਿਰ ਦੁਬਾਰਾ ਪੁਲਿਸ ਜਾ ਕੇ ਆਈ ਆ, ਉਹ ਬੰਦੇ ਫਿਰ ਨਹੀਂ ਘਰੇ। ਹੁਣ ਅਸੀਂ ਤਾਂ ਚਾਹੁੰਦੇ ਕਿ ਜਿੰਨੀ ਤੋਂ ਜਲਦੀ ਹੋ ਸਕੇ ਉਹਨਾਂ 'ਤੇ ਬਣਦੀ ਕਾਰਵਾਈ ਕਰਨੀ ਚਾਹੀਦੀ ਆ ਔਰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈਗਾ। ਔਰ ਸਾਡੇ ਮੁੰਡੇ ਦੇ ਕਾਫੀ ਸੱਟਾਂ ਸੁੱਟਾਂ ਲੱਗੀਆਂ ਹੈਗੀਆਂ, ਉਹ ਤਾਂ ਹਾਲੇ ਹੋਸ਼ ਵਿੱਚ ਵੀ ਨਹੀਂ ਹੈਗਾ, ਉਹ ਤਾਂ ਗੱਲ ਹੀ ਨਹੀਂ ਕਰ ਰਹੇ ਉਹਨਾਂ। ਅਸੀਂ ਰਾਤੀ ਵੀ ਅਸੀਂ ਉਹਨੂੰ ਲੈ ਕੇ ਆਏ ਹਾਂ, ਦੇਖੋ ਸਿਵਲ ਹੋਸਪਿਟਲ ਵਾਲਿਆਂ ਨੇ ਟਾਂਗੇ ਟੂੰਕੇ ਲਗਾਏ ਆ, ਉਹਨਾਂ ਨੇ ਭੇਜ ਦਿੱਤਾ ਮੁੜ ਕੇ, ਤਾਂ ਰਾਤੀ ਸੀ ਫਿਰ ਉਹਨੂੰ ਆਪਣਾ ਸਲੋ ਹੋਸਪਿਟਲ ਲੈ ਕੇ ਆਈ, ਉਹਨੂੰ ਦਵਾਈ ਵੀ ਦਵਾਈ ਹੈਗੀ, ਕੋਈ ਰਾਤ ਅਸੀਂ ਸਾਰੀ ਰਾਤ ਬੈਠ ਕੇ ਕੱਟੀ ਹੈਗੀ ਆ, ਉਹ ਤਾਂ ਇੰਨਾ ਸੀਰੀਅਸ ਆ, ਉਹਨੂੰ ਅਸੀਂ ਕੋਈ ਪੁੱਛਦੇ ਹਾਂ ਉਹ ਵੀ ਜਵਾਬ ਨਹੀਂ ਦੇ ਰਿਹਾ ਹੈਗਾ ਜੀ। ਮੁੰਡਾ ਸੀ ਪਹਿਲਾਂ ਤੇਲ ਪਵਾ ਰਿਹਾ ਸੀ ਇੱਥੇ, ਅਤੇ ਉਹ ਦੂਸਰਾ ਮੁੰਡਾ ਆਇਆ ਜਦੇ ਉਹਦੇ ਨਾਲ, ਬਿਲਕੁਲ ਨਾਲ ਟੱਚ ਕੀਤਾ, ਜ਼ਿਆਦਾ ਨਹੀਂ ਕੀਤਾ, ਮਤਲਬ ਬਸ ਉਹਨਾਂ ਦੀ ਪਤਾ ਨਹੀਂ ਪਿੱਛੇ ਦੀ ਕੋਈ ਰਿੰਜ ਸੀ ਕੀ ਸੀਗਾ, ਬਸ ਉਹ ਆਪਸ ਵਿੱਚ ਮਾੜੀ ਬਹਿਸਬਾਜ਼ੀ ਕੀਤੀ, ਉਸ ਤੋਂ ਬਾਅਦ ਲੜਨਾ ਸ਼ੁਰੂ ਕਰਤਾ ਉਹਨਾਂ ਨੇ। ਉਸ ਤੋਂ ਬਾਅਦ ਦੋਨਾਂ ਨੇ ਲੜ ਲਏ ਥੋੜ੍ਹੀ ਦੇਰ, ਉਸ ਤੋਂ ਬਾਅਦ ਅਲੱਗ ਅਲੱਗ ਕਰਕੇ ਉਹਨਾਂ ਦੋਨਾਂ ਨੇ ਆਪਣੇ ਆਪਣੇ ਮੁੰਡੇ ਬੁਲਾ ਲਏ। ਹਾਂਜੀ ਉਸ ਤੋਂ ਬਾਅਦ ਚੰਗੀ ਲੜਾਈ ਵਧੀਆ, ਨਹੀਂ ਹਥਿਆਰ ਕੋਈ ਨਹੀਂ ਸੀਗਾ ਜੀ, ਸਾਡਾ ਕੋਈ ਨਹੀਂ ਕੀਤਾ, ਬਸ ਬਾਲਟੀ ਮਾੜੀ ਚਿੱਬੀ ਆ। ਉੱਥੇ ਬਸਤੀ ਜੋਧੇਵਾਲ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਦੋਨੋਂ ਹੀ ਨੌਜਵਾਨਾਂ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਹੈ। ਇਹਦੇ ਖਿਲਾਫ ਐਮਐਲਆਰ ਦਾ ਜਾਂਚ ਹਾਸਲ ਕੀਤੀ ਗਈ ਆ, ਉਸ ਬੰਦੇ ਨੂੰ ਮਦਈ ਨੂੰ ਬੁਲਾ ਕੇ ਉਹਦਾ ਬਿਆਨ ਹਾਸਲ ਕਰਕੇ ਜੋ ਵੀ ਜੁਰਮ ਉਹਦੇ ਤਹਿਤ ਮੁਕੱਦਮਾ ਦਰਜ ਕਰਕੇ ਇਹਨਾਂ ਬੰਦਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕੀਤਾ ਜਾਵੇਗਾ ਅਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਹਾਂਜੀ ਇਹਨਾਂ ਦੇ ਤੌਰ 'ਤੇ ਇਹਨਾਂ ਨੂੰ ਬੁਲਾਉਣ ਦੀ ਇੱਥੇ ਕੋਸ਼ਿਸ਼ ਕੀਤੀ ਹੈ, ਪਰ ਇਹ ਮਿਲੇ ਨੇ, ਘਰਾਂ ਤੋਂ ਭੱਜੇ ਨੇ, ਅਤੇ ਇਹਨਾਂ ਨੂੰ ਮੁਕੱਦਮੇ ਦੇ ਵਿੱਚ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਬਿਊਰੋ ਰਿਪੋਰਟ, ਲੁਧਿਆਣਾ ਵਿਊ।